ਦਰਸ਼ਕ ਲੁਹਾਰ ਗੱਲ 'ਚ ਆ ਚੁੱਕੇ ਹਾਂ। ਇਹ ਬਹੁਤ ਪ੍ਰਾਚੀਨ ਗੁਫਾਵਾਂ ਨੇ ਕਿਹਾ ਜਾਂਦਾ ਵੀ ਭੀਮ ਸੈਨ ਹੁਣੀ ਇੱਥੇ ਆਏ ਸੀਗੇ। ਉਹਨਾਂ ਥਾਵਾਂ 'ਤੇ ਆਪਾਂ ਚੱਲੇ ਹਾਂ। ਕੋਈ ਲੁਹਾਰ ਗੱਲ ਹੈ ਕਿੱਥੇ ਆ? ਝੁੰਝਨੂ ਜ਼ਿਲ੍ਹੇ 'ਚ ਸ਼ਿਖਾਵਟੀ ਏਰੀਆ ਚਿਰਾਨਾ ਤੋਂ ਮਾਰਿਓ ਨਿਗਾ ਤਾਂ ਵਾਲੇ ਪਾਸੇ ਦੇਖੋ ਕਿਸ ਕਿਸਮ ਦੀਆਂ ਗੁਫਾਵਾਂ ਬਣੀਆਂ ਹੋਈਆਂ ਪੱਥਰਾਂ ਦੇ ਵਿੱਚ। ਯਾਰ ਕਮਾਲ ਦੀ ਕਲਾਕਾਰਤੀ ਸੀ ਉਹਨਾਂ ਲੋਕਾਂ ਦੇ ਵਿੱਚ, ਅਤੇ ਕਮਾਲ ਹੀ ਲੋਕ ਸੀ ਇੱਥੇ ਰਹਿੰਦੇ ਹੋਏ। ਜਿੱਥੇ ਕੋਈ ਮੈਨੂੰ ਲੱਗਦਾ ਕੋਈ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਹੋਣਾ, ਪਤਾ ਨਹੀਂ ਕਿੱਥੋਂ ਕੀ ਲਿਆਉਂਦੇ ਹੋਣਗੇ, ਕੀ ਜੜ੍ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਕੰਦ ਮੂਲ, ਉਹ ਕੰਦ ਮੂਲ ਖਾਂਦੇ ਹੋਣ। ਕੰਦ ਮੂਲ ਮਤਲਬ ਜੜ੍ਹਾਂ ਦੇ ਵਿੱਚੋਂ ਭੋਜਨ ਨਿਕਲਦਾ ਹੁੰਦਾ, ਮਤਲਬ ਜੜ੍ਹਾਂ ਖਾ ਖਾ ਕੇ ਗੁਜ਼ਾਰਾ ਕਰਨ ਵਾਲਾ ਕੰਮ ਹੁੰਦਾ। ਇੱਕ ਚੀਜ਼ ਆਪਾਂ ਹੋਰ ਦਿਖਾ ਦਈਏ, ਆਪਾਂ ਗੁਫਾਵਾਂ ਦੀ ਗੱਲ ਕਰ ਦਈਏ ਕਿੱਥੇ ਤੱਕ। ਹਾਂ ਇਹ ਤੁਸੀਂ ਬੈਠ ਕੇ ਦੇਖੋ, ਇੱਥੇ ਤੁਹਾਨੂੰ ਦਿਖਣਗੀਆਂ ਵੀ ਇੱਥੇ ਤੱਕ ਵਿੱਚ ਤੱਕ ਗੁਫਾਵਾਂ। ਹਾਂ ਮਤਲਬ ਚਾਨਣ ਦੇ ਲਈ ਕਿਤਨਾ ਕਿਤਨਾ ਚੌਖੇ ਨਜ਼ਰ ਆਉਣਗੇ, ਉਹ ਪਹਾੜ ਦੇਖ ਲਓ ਕਿੰਨੇ ਕਿੱਡੇ ਨਜ਼ਰ ਆਉਣਗੇ। ਗੁੱਪੀ ਫਿਰ ਮੈਂ ਮਾੜਾ ਤਾਂ ਜਾਣਾ, ਤੂੰ ਤਾਂ ਨਿਗਾਹ ਪਵਾ ਦਿਓ ਦੂਰੋਂ ਕਰਕੇ ਵੀ ਸਹੀ ਲੋਕੇਸ਼ਨ ਆ ਜੇ। ਆਹ ਵੀ ਮਤਲਬ ਕਿਲੇ ਦੇ ਅੰਦਰ ਚਾਹ ਕਿਲਾ ਕਹਿ ਲਓ ਇੱਕ ਕਿਸਮ ਦਾ, ਹੈ ਨਾ, ਸਾਧੂਆਂ ਦਾ ਕਿਲਾ। ਅਤੇ ਉਹਦੇ ਵਿੱਚ ਚਾਨਣ ਜਾਣ ਨੂੰ ਆ ਮਘੋਰਾ ਸੀਗਾ। ਮੈਂ ਮਾੜਾ ਜਿਹਾ ਤਾਂ ਚੜ੍ਹ ਕੇ ਦੇਖਾਂ, ਕਈ ਸੱਪ ਸਲੂਪੀ ਹੁੰਦੀ ਆ ਤਾਂ। ਹਾਂ ਦੇਖੋ ਇੱਧਰਲੇ ਪਾਸੇ ਆ ਗਏ ਹਾਂ। ਇਹ ਤਕਰੀਬਨ ਪ੍ਰਾਚੀਨ ਨੇ ਮਹਾਭਾਰਤ ਕਾਲ ਵੇਲੇ ਦੀਆਂ ਗੁਫਾਵਾਂ ਨੇ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ। ਚੜ੍ਹ ਤਾਂ ਜਾਵਾਂਗੇ, ਉਤਰਨਾ ਔਖਾ ਨਾ ਹੋ ਜਾਵੇ ਕਿਤੇ, ਨਹੀਂ ਤਾਂ ਸਿੱਧੀ ਇੱਥੋਂ ਫਿਰ ਉਹ ਥੱਲੇ ਛਾਲ ਮਾਰਨੀ ਪਊ। ਆ ਜਾਵਾਂਗੇ, ਆ ਜਾਓ ਆ ਜਾਓ ਇੱਧਰਲੇ ਪਾਸੇ ਆ ਜਾਓ ਗੋਪੀ ਵੀਰੇ, ਤਾਂ ਚੜ੍ਹ ਚਲ ਗਏ ਇੱਥੋਂ। ਇੱਥੋਂ ਮਤਲਬ ਆ ਦੇਖੋ ਇੱਥੋਂ ਵਿੱਚੋਂ ਕਾਫੀ ਨਿਕਲਿਆ ਜਾ ਸਕਦਾ, ਇੱਥੇ ਆ ਗਿਆ ਮੈਂ, ਹੈ ਨਾ, ਇੱਧੋਂ ਉੱਤੇ ਉਹ ਹੋਰ ਵੀ ਉੱਤੇ ਜਾਇਆ ਜਾ ਸਕਦਾ ਵਾ। ਕਾਫੀ ਵਿਸ਼ਾਲ ਇਮਾਰਤ ਆ ਇਹ ਦੇਖੋ, ਇੱਥੋਂ ਕਰਕੇ ਇੱਦੋਂ ਵੀ ਉੱਤੇ ਜਾ ਕੇ ਤਾਂ ਵਾਲੇ ਸਿਰੇ 'ਤੇ ਵੀ ਜਾਇਆ ਜਾ ਸਕਦਾ। ਲੈ ਤਾਂ ਵੀ ਉੱਤੇ ਗੁਫਾਵਾਂ ਹੀ ਗੁਫਾਵਾਂ ਬਣੀਆਂ ਹੋਈਆਂ ਨਜ਼ਰ ਆਉਣਗੀਆਂ, ਜ਼ਿਆਦਾ ਉੱਤੇ ਨਹੀਂ ਜਾਵਾਂਗੇ, ਹੈ ਨਾ। ਚੜਾਵ ਝੜਿੱਕਾਂ ਵਗੈਰਾ ਫਿਰਦੀਆਂ ਨੇ, ਕਾਫੀ ਮਤਲਬ ਖਤਰਨਾਕ ਕੰਮ ਹੋ ਸਕਦਾ। ਦਰਸ਼ਕੋ ਇਸ ਕਿਸਮ ਦੇ ਹੀ ਭੀੜੇ ਭੀੜੇ ਰਾਹ ਵਾ। ਇੱਥੋਂ ਕਰਕੇ ਇੱਕ ਮੰਜ਼ਿਲ ਹੋਰ ਉੱਤੇ ਮੇਰੇ ਸਿਰ ਦੇ ਉੱਤੇ ਹੈਗੀ ਆ, ਉਹ ਤਾਂ ਮੈਂ ਦੇਖ ਲਿਆ ਥੋੜੀ ਚੜਾਵ ਝੜਿੱਕਾਂ ਜੀਆਂ ਵੱਧ ਫਿਰ ਰਹੀਆਂ ਨੇ, ਉਹ ਤਾਂ ਕਰਕੇ ਅਤੇ ਆਪਾਂ ਇੱਥੋਂ ਸੇਮ ਹੀ ਆ ਅਤੇ ਆਪਾਂ ਆ ਸਕਦੇ ਇੱਥੋਂ ਥੱਲੇ। ਆਹ ਦੇਖ ਲਓ ਕਿਸ ਹਿਸਾਬ ਕਿਤਾਬ ਦਾ ਰਸਤਾ ਵਾ, ਭੀੜ ਤੰਗ ਤੰਗ ਰਸਤਾ ਵਾ। ਇਹ ਚੂਨੇ ਦੇ ਨਾਲ ਹੀ ਬਣਿਆ ਹੋਇਆ, ਮਤਲਬ ਉਹਨਾਂ ਦੇ ਵੇਲੇ ਵੀ ਚੂਨੇ ਨਾਲ ਬਣਾਉਣ ਦੀ ਕਲਾ ਹੁੰਦੀ ਸੀਗੀ। ਆਹ ਦੇਖੋ ਬਾਹਰਲੇ ਪਾਸੇ ਆ ਚੁੱਕੇ ਹਾਂ, ਇਹਦੇ ਨਾਲ ਹੀ ਸਾਹਮਣੇ ਪਹਾੜ ਨਜ਼ਰ ਆਉਣਗੇ। ਮਤਲਬ ਲੁਹਾਰ ਗੱਲ ਆ ਇਹ ਥਾਂ ਵੀ ਕਿਵੇਂ ਪੱਥਰਾਂ ਦੇ ਨਾਲ ਹੀ ਪੱਥਰਾਂ ਨੂੰ ਚਿਣ ਚਿਣ ਕੇ ਇਹ ਚੀਜ਼ਾਂ ਬਣਾਈਆਂ ਗਈਆਂ ਸੀ, ਗੁਪਤ ਤਰੀਕੇ ਨਾਲ ਰਹਿੰਦੇ ਰਹੇ ਸੀਗੇ।